ब्लॉग बन रहे थोड़ा मैं वेट कर रही हूं, बोलोगे बनने दो बगा। तो हां जी, तो आज जीरकपुर हमारा यहाँ हो गया है और यहाँ से अभी हम निकल रहे हैं। आप जा रहे हैं पटियाले, घर होगी एंट्री, घर सज रहे है, डेकोरेशन हो रही ने, साढ़े कुछ क्लोज फ्रेंड्स ते फैमिलीज वो भी आ रहे ने ना मिलन लई बेबी नू। चैरी साढ़े नाल जा रही है, जो कि असी चैरी नू मना किया सीगा ਕਿੱਥੇ ਜਾਏਗੀ ਆਏਗੀ, ਬਟ ਉਹਦਾ ਬਹੁਤ ਦਿਲ ਹੈ ਨਾਲ ਜਾਣ ਦਾ। ਬਟ ਵੈਰੀ ਨਾਈਸ ਟੂ ਹਰ ਕਿ ਉਹ ਕਹਿ ਰਹੀ ਆ ਮੇਰਾ ਉੱਥੇ ਹੋਣਾ ਜ਼ਰੂਰੀ। ਇੱਕ ਦਿਨ ਪਹਿਲਾਂ ਜਾਣਾ ਚਾਹੁੰਦੀ ਸੀਗੀ ਪਰ ਅਸੀਂ ਮਨਾ ਕੀਤਾ ਕਿ ਹਮਾਰੇ ਸਾਥ ਹੀ ਚੱਲਣਾ। ਇੱਕ ਦਿਨ ਪਹਿਲਾਂ ਜਾਣਾ ਚਾਹੁੰਦੀ ਸੀ, ਅਸੀਂ ਮਨਾ ਕੀਤਾ ਉੱਥੇ ਜਾ ਕੇ ਕਰੇਂਗੀ ਕੀ, ਮਤਲਬ ਸਾਡੇ ਨਾਲ ਹੀ ਚੱਲਣੀ ਜ਼ਿਆਦਾ ਬੈਟਰ ਹੈ। ਅਤੇ ਹੁਣ ਸਾਡੇ ਨਾਲ ਜਾਏਗੀ, ਇੱਕ ਦਿਨ ਰੁਕੇਗੀ, ਮੈਂ ਵੀ ਕੱਲ੍ਹ ਵਾਪਸ ਆਏਗੀ। ਅਤੇ ਉੱਥੇ ਵੀ ਹੁਣ ਚੱਲ ਰਹੀ ਹੈ ਡੈਕੋਰੇਸ਼ਨਸ ਵਗੈਰਾ, ਅਤੇ ਨੋਰਮਲ ਸਨੈਕਸ ਵਗੈਰਾ ਰੱਖਾਂਗੇ ਫਰੈਂਡਸ ਜੋ ਵੀ ਕਲੋਜ ਬਹੁਤ ਜ਼ਿਆਦਾ ਨਹੀਂ ਕਿਉਂਕਿ ਬੇਬੀ ਇਹ ਬਹੁਤ ਛੋਟਾ ਅਤੇ ਅਸੀਂ ਇੰਨਾ ਐਕਸਪੋਜ਼ ਨਹੀਂ ਕਰ ਸਕਦੇ ਹੈ ਨਾ ਸਾਰੇ ਪਾਸੇ। ਬਹੁਤ ਇਹ ਕਿ ਜਿੰਨਾ ਦੇ ਨੰਬਰ ਦੇਖ ਕੇ ਕਰਤਾ ਬਸ। ਔਰ ਬੇਬੀ ਫਸਟ ਟਾਈਮ ਆ ਜਾ ਰਹੀ ਹੈ ਆਪਣੇ ਦਾਦਕਾ ਘਰ। ਯੈਸ, ਬਾਬੂ ਚਾਚਾ ਇਤਨਾ ਈਗਰਲੀ ਵੇਟ ਕਰ ਰਹੇ ਹੈ ਨਾ। ਯੈਸ, ਮਤਲਬ ਬਾਬੂ ਚਾਚਾ ਯਹੀ ਹੈ ਕਿ ਜਬ ਵੀ ਵੀਡੀਓ ਕਾਲ ਕਰਤੇ ਹੈ ਵੋ ਯਹੀ ਕਹਤੇ ਆ ਜਾਓ ਆਜ। ਤੋ ਬਟ ਯਹੀ ਥਾ ਕਿ ਹਮੇ ਹੋਸਪਿਟਲ ਵਗੈਰਾ ਬੇਬੀ ਕੋ ਦਿਖਾਨਾ ਥਾ, ਮੇਰਾ ਵੀ ਹੋਸਪਿਟਲ ਮੇ ਚੈੱਕਅਪ ਥਾ ਤੋ ਨਹੀਂ ਜਾ ਪਾਏ। ਤੋ ਫਾਈਨਲੀ ਆਜ ਹਮ ਲੋਗ ਜਾ ਰਹੇ ਹੈ। ਬਸ ਮੈਂ ਤੋ ਰੈਡੀ ਹੋ ਚੁੱਕੀ ਹੂੰ, ਅਭੀ ਬੇਬੀ ਕੋ ਹਮਨੇ ਮਸਾਜ ਦੀ ਹੈ, ਉਸਕੋ ਵੀ ਆਧੇ ਘੰਟੇ ਬਾਅਦ ਸ਼ਾਰ ਦਿਲਾ ਕੇ ਉਸਕੋ ਰੈਡੀ ਕਰੂੰਗੀ ਔਰ ਫੀਡ ਕਰਵਾਉਂਗੀ। ਅਭੀ ਆਪਣੀ ਵਰਕਆਊਟ ਕਰਨੇ ਕੇ ਬਾਅਦ ਰੈਡੀ ਹੋ ਜਾਏਂਗੇ। ਮੰਮੀ ਆਲਮੋਸਟ ਰੈਡੀ ਹੈ, ਵਿੱਕੀ ਕੰਚਨ ਅਭੀ ਰੈਡੀ ਹੋ ਰਹੇ ਹੈ। ਸੋ ਚੇਂਜ ਕਭੀ ਵੀ ਬਿਨਾ ਵਰਕਆਊਟ ਕੇ ਕਹੀਂ ਨਹੀਂ ਜਾਤੇ। ਕਿਤਨੇ ਮਿਨਟ? ਆਧਾ ਘੰਟਾ। ਓਕੇ। ਸੋ ਗਾਈਸ, ਸਮਾਨ ਇਤਨਾ ਜ਼ਿਆਦਾ ਹੈ ਕਿ ਅਭੀ ਇਹ ਇੱਕ ਗਾੜੀ ਮੇਂ ਤੋ ਜਾਏਗਾ ਨਹੀਂ, ਤੋ ਹਮ ਲੋਗ ਇਸਕੋ ਚੈਰੀ ਕੀ ਗਾੜੀ ਮੇਂ ਸ਼ਿਫਟ ਕਰ ਦੇਂਗੇ, ਕਿਉਂਕਿ ਕੱਲ੍ਹ ਨਿਸ਼ਚੈ ਆਏਗਾ ਚੈਰੀ ਕੋ ਲੈਣੇ ਕੇ ਲੀਏ, ਤੋ ਫਿਰ ਨਿਸ਼ਚੈ ਲੈ ਆਏਗਾ ਇਹ ਸਾਰਾ ਸਮਾਨ। ਕਿਉਂਕਿ ਅਭੀ ਕਿਆ ਹੈ ਨਾ, ਮੇਨ ਜੋ ਲਗੇਜ ਹੈ ਵੋ ਬੇਬੀ ਕਾ ਹੈ, ਤੋ ਬੇਬੀ ਕਾ ਜੋ ਸਮਾਨ ਹੈ ਵੋ ਲੈ ਕੇ ਜਾਏਂਗੇ, ਔਰ ਥੋੜ੍ਹਾ ਬਹੁਤ ਮੈਂ ਆਪਣਾ ਲੈ ਜਾਊਂਗੀ, ਔਰ ਬਾਕੀ ਇੱਕ ਦੋ ਦਿਨ ਮੇਂ ਨਿਸ਼ਚੈ ਲੈ ਆਏਂਗੇ। ਤੋ ਬੇਬੀ ਕਾ ਤੋ ਆਲਮੋਸਟ ਸੂਟ ਕੇ ਸਾਰਾ ਪੈਕ ਹੋ ਚੁੱਕਾ ਹੈ, ਉਸਕੀ ਅਲਮੀਰਾ ਵੀ ਪੈਕ ਹੋ ਚੁੱਕੀ ਹੈ। ਇਹ ਜੋ ਸਮਾਨ ਹੈ ਐਸੇ ਲੱਗ ਰਿਹਾ ਜੈਸੇ ਘਰ ਮੇਂ ਸ਼ਾਦੀ ਹੋ ਗਈ ਕਿਸੀ ਕੀ, ਗੱਦੇ ਗਦੈਲੇ ਸਾਰੇ ਪੜੇ ਹੈ, ਠੀਕ ਹੈ, ਸਮਾਨ ਐਸੇ ਬੰਦਾ ਹੁਆ ਹੈ ਕਿ ਬਸ ਪੁੱਛੋ ਮਤ। ਨੀਲੇ ਲਫਾਫੇ ਆ ਗਏ ਨਾ ਜਿਵੇਂ ਵਿਆਹਾਂ ਦਾ ਸਮਾਨ ਆਉਂਦਾ ਹੁੰਦਾ, ਹਾਂ ਤਾਂ ਹੋ ਗਿਆ ਉਹ, ਅੱਗੇ ਤਾਂ ਦੂਜੇ ਲੋਟ ਫੌਜੀਆਂ ਦਾ ਸਮਾਨ ਪਾਇ ਕੇ ਹੁੰਦਾ ਹੁੰਦਾ, ਪਰ ਇਹ ਨੀਲੇ ਲਫਾਫੇ ਬਹੁਤ ਕੰਮ ਦੇ ਆ। ਯੂ ਐਕਸਪੋਜ਼ਡ ਯੂਰ ਟਮੀ ਬ੍ਰੋ, ਕੱਪੜੇ ਕਿੰਨੇ ਉਹਦੇ ਚ ਇੱਕ ਜੀ ਆ ਗਏ। ਹਾਂ, ਸਾਰਾ ਕੁਝ ਇੱਕ ਮੈਂ ਡੰਪ ਕਰ ਦਿਆ, ਬਸ ਬੇਬੀ ਕਾ ਜੋ ਸਮਾਨ ਹੈ ਵੋ ਮੈਨੇ ਸੂਟ ਕੇ ਸੇ ਅੱਛੇ ਸੇ ਪੈਕ ਕਰ ਲਿਆ, ਕਿਉਂਕਿ ਅਭੀ ਪ੍ਰਾਇਓਰਿਟੀ ਕੀ ਆ ਬੇਬੀ, ਅਭੀ ਹਮ ਪ੍ਰਾਇਓਰਿਟੀ ਨਹੀਂ ਹੈ। ਸਾਰੀ ਆ ਸਾਰੇ ਪਰਿਵਾਰ ਓਹੋ ਸਾਰੇ ਤੁਸੀਂ ਵੀ ਜ਼ਰੂਰ ਹੈ, ਉਹ ਵੀ ਜ਼ਰੂਰੀ ਆ, ਬੇਬੀ ਵੀ ਜ਼ਰੂਰੀ, ਸਾਰੇ ਹੀ ਜ਼ਰੂਰੀ ਆ, ਪਰਿਵਾਰ ਜ਼ਰੂਰੀ ਆ। ਯੈਸ, ਸਹੀ ਪਕੜੇ ਹੈ, ਸਹੀ ਪਕੜੇ। ਹਾਂ, ਇੱਕ ਇਹ ਆ, ਇੱਕ ਆਹ ਵਾਲਾ ਬੈਗ ਹੈ, ਆਹ ਤਾਂ ਰਹਿਣ ਦੋ, ਇਹ ਤਾਂ ਬਾਅਦ 'ਚ ਆ ਜਾਊਗਾ। ਇਹ 'ਚ ਮੇਰੇ ਨਾਈਟ ਸੂਟਸ ਆ ਨਾ, ਉਹ ਮੈਨੂੰ ਜ਼ਿਆਦਾ ਚਾਹੀਦੇ, ਇਹ ਤਾਂ ਅੱਜ ਆ ਜੂਗਾ। ਇੱਕ ਉਹ ਆ ਬਸ, ਇੱਕ ਉਹ, ਬਾਕੀ ਦੇਖ ਹੈਂ, ਇਹ ਤਾਂ ਮੰਮੀ ਦਾ ਬੈਗ ਹੈ, ਇਹ ਤਾਂ ਤੁਹਾਡੇ ਉਹਨਾਂ ਦੇ ਦੂਜੇ ਬੈਗ ਆ ਜਾਣ, ਆਹ ਵਾਲਾ ਇੱਕ, ਪਰ ਇਹ 'ਚ ਆਪਾਂ ਹੋਰ ਪਾ ਸਕਦੇ, ਇਹਨੂੰ ਰਹਿਣ ਦਿਓ, ਇਹ ਬਾਅਦ 'ਚ ਲੈ ਜਾਓ, ਇਹ 'ਚ ਖਾਲੀ ਹੈ। ਖਾਲੀ ਥੈਲੇ 'ਚ ਪਾ ਲਾਂਗੇ, ਹੋਰ ਦੇ ਦੇਣਾ ਕੁਛ, ਆਹ ਆਹ ਪਾ ਲਓ, ਕੀ ਆਹ ਤਾਂ ਇਹ 'ਚ ਪਾ ਦਾਂਗੇ, ਚਲੋ ਉਹ 'ਚ ਧਰ ਦਿਓ, ਹਾਂ ਉਹ ਲਈ ਜਾਓ, ਫਿਰ ਇਹ 'ਚ ਹੀ ਪਾ ਦਿਓ, ਪਾਊਡਰ ਪਾ ਦਾਂ ਇਹ 'ਚ, ਹੈ ਜੀ ਉਹ ਫਾਰਮੂਲਾ ਪਾ ਦਾਂ ਇਹ 'ਚ, ਆ ਜਾਣਗੇ। ਹਾਂ, ਲਿਆ ਨਾ ਸਾਰਾ ਕੁਝ, ਇਹਦੇ ਬਾਹਰ ਰੱਖੀ ਜਾ, ਸਿੱਧਾ ਲਿਫਟ 'ਚ ਲੋਡ ਕਰਾਂਗੇ। ਚਲੋ ਆ ਬੈਗ ਤਾਂ ਰੱਖ ਦਿੰਦੇ, ਤੁਸੀਂ ਵੀ ਯਾਰ ਭਾਰ ਚੱਕਿਆ ਹੋਇਆ ਹੈਗਾ।
ਨਹੀਂ ਨਹੀਂ ਇਹ ਤਾਂ ਬਾਸ ਇਹ ਦੇਖ ਲੈ ਤੂੰ ਤੇ ਉਹ ਮੰਮੀ ਆਪ ਦੇ ਛੱਡ ਹੋਰ ਦੇਖ ਲਓ ਜੇ ਹੋਰ ਖਾਲੀ ਹੋਈ ਜਗ੍ਹਾ ਤਾਂ ਬਾਅਦ ਚ ਦੇਖ ਲਾਂਗੇ ਨਾ ਹਾਂ ਫਿਲਹਾਲ ਇਹਨਾਂ ਭਰ ਦੇ ਹਾਂ ਹਾਂ ਪਹਿਲਾਂ ਰੱਖ ਕੇ ਆ ਜਾਣ ਹਾਂ ਦੇ ਵੀ ਕੀ ਆ ਵੀ ਲੈ ਜਾ ਮੰਮੀ ਦੇ ਰਹੀ ਆ ਆ ਛੋਟੇ ਛੋਟੇ ਤੂੰ ਵਿੱਚ ਰੱਖੀ ਕੈਸਾ ਲੱਗ ਰਿਹਾ ਅਬ ਘਰ ਖਾਲੀ ਹੋ ਜਾਏਗਾ कंचन कैसा लग रहा है अब घर खाली हो जाएगा पता लगेगा जब आएंगे जब तभी बताएंगे आपको फिर फोन करके कैसा लग रहा है अभी तो कुछ कह सकते अभी साथ ही जा रहे हैं ना अगर यहीं पे रह रहे होते तो होता इंस्टेंट पता लगता अभी जाएंगे फिर अभी पता ही नहीं लगेगा कुछ जब आएंगे तब पता लगेगा एग्जैक्ट तो फिर बताना ठीक है फिर बताएंगे अच्छा कैसा लेटर लिख के देना मेरे को दीदी जब आपके रूम में हम घुस रहे हैं तो बड़ा सुना सुना लगता है वो ऐसे ही रहेगा क्योंकि हम तो यूज़ भी नहीं करते थे ना बस अलमीरा का ही है कि अलमीरा में सामान टूट जाएगा हाँ अभी खाली हो जाएगा सारा वो टूटा है ना ठीक है सारा उथल पुथल हो रखा है ना वो कर देंगे बट ऑलमोस्ट तो अभी आप बताना नहीं मैं अभी तो है ही हम आए करेंगे तो ये यूज करेंगे तो बाकी तो पता नहीं ये सारा भी तो करना होगा ना ये जो पड़ा है आपको ये भी तो पैक करना होगा ये तो सब थैले में ही डाले ना ताकि आपको याद रहे वहां जाके चाहिए भी होगा पटियाला ना सारा कुछ आप बताओ आपको कैसा लग रहा है आपको कैसा लग रहा है अभी इतने टाइम बचा रहा है मैं भी यार पटियाला जाके बताऊंगी एकदम थोड़ा बहुत तो होता है थोड़ा बहुत नई सिटी नई सिटी थी, थी। तो नहीं ये वाली आपके हाँ। लिए तो नहीं है ना जीरकपुर तो क्योंकि पहली बार रहे हो ना इससे पहले तो आप रहे नहीं ना कभी एक दो दिन ही रहे हो रहे तो अभी हाँ बाने जाना चलता हाँ, हाँ, बेबी चेकअप के लिए हॉस्पिटल तो अभी बस है कि थोड़ा बहुत तो लगेगा एकदम से जगह चेंज होगी ना हाँ हाँ बस अभी बिजी इतने अब बेबी पता है बेबी के साथ ना आपको हाँ होने भी नहीं वाला बेबी के साथ कुछ वो होने क्योंकि अभी वैसे रहने आए होते तो आपको ज्यादा फील होता अभी बेबी साथ है तो बेबी के साथ तो आपको फील भी नहीं होने वाला कि ऐसे है लोनली है ये है वो है बाकी इस सिटी की आदत लग गई तो कुछ कह सकते जीरकपुर की हम लोग तो रॉयल सिटी से बिलोंग करते हैं हाँ। ये सारी चीजें बट थोड़े टाइम का आपको वहाँ का भी आपने मुंबई पे थोड़े टाइम बाद वो चल जाओगे ना मुंबई जाने के बाद वैसे भी मन आपका वो नहीं होगा क्या बोलते हैं उसको फिर मन ही नहीं करेगा वहाँ पे जाने के बाद मन लग जाता है ना उधर जाने के बाद तो फिर अलग जब बेबी बड़ा बड़ी हो जाएगी तब उसके बाद ये आज पहना है आपने फाइनली है कितने टाइम से ये लिया हुआ था और आज जाके पहना है इस दिन के लिए ही था ये है ना इस दिन में काम आ गया ये नहीं अच्छा लग रहा है ये वाला ना आ भी गया पहले शायद आता भी ना मेरे ख्याल से आ जाता टाइम क्या आ जाता बट अभी भी ऐसे लग रहा है आपको देखे थोड़ा सा जैसे कि तीन चार महीने वाला प्रेग्नेंट नहीं होते वैसे प्रेग्नेंट हो हाँ मैंने देखा धीरे धीरे जाता है बहुत ना टाइम लगता है जाने में ना चलो तो ब्लैक वाला बैग फिर कर ले जेड़ा बेबी का सामान माड़ा मोटा कढ़ना बाहर रख ले बाकी इन पर ये रख ला मैं ओके बाचू नहीं नहीं वो तो फुल ही है वो तो बंद करके पावा रखियो बस गिल्ले कपड़े है बेबी दे वही वो मैं ऐड वो छुपा लूं कुछ नहीं गिल्ले तो नहीं पाऊंगी बंद कर दो इन होटल जगह हैगी अपने सामान ना इसको चख लो गड्डियां जो ठूस लो सुन लो उस तो बाद चेरी वाली गाड़ी में ट्रांसफर कर देंगे निश्चय आएगा ले आएगा हमारा जो सामान छोड़ ले हाँ वही कह रहे थोड़ा जेड़ा सामान है वो देख लो एक बार सारा ठूस लो मतलब ये कह रहे हैं कि जो साडा समान जाना गा वो एक बार साडी गली पूरा ठूस दो फिर असि चेरी नु पिक करन जावांगे ओदी गड्डी च कर देंगे ट्रांसफर जो साडा यूज नहीं होना फिर निश्चय लेके आ जाऊंगा वापस पीछे वाली सीट ते सारा रख दो ना हाँ पीछे वाली सीट पे रख दे सारा हाँ अभय की गाड़ी के पीछे वाली सीट पे सारा भर दे नहीं नहीं पीछे वाली सीट पे तो तुम दोनों बैठो अरे पहले ट्रांसफर करांगे फिर सीट खाली हो जानी है ना फिर मैं ताही बैठूंगी ना तो तुसी आपदा सामान करोगे ना साडा थोड़ी ना करोगे ता साडा ही कह रही है पीछे रखन नु हां साडा तो है नहीं एक तो बैग बस साथ फैले बस हां मेरा बैग आ रहा है क्या कर दे यही बेली वाली ये डिक्की 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 तो पहले हां तो पीछे रख दो ना
ਯਾਰ ਪਤਾ ਕੀ ਆ ਮੈਂ ਤੇ ਚੈਰੀ ਪਿੱਛੇ ਬਹਿ ਜਾਾਂਗੇ ਅਭੇ ਦੇ ਨਾਲ ਵਾਲੀ ਜਿਹੜੀ ਸੀਟ ਆ ਉੱਥੇ ਬੈਗ ਆ ਜਾਊਗਾ ਇਹ ਵੱਡਾ ਇਹ ਤਾਂ ਆਪ ਲੈ ਆਉਂਦੇ ਮੈਂ ਨਹੀਂ ਚੱਕਿਆ ਹੈਗਾ ਮੈਂ ਨਹੀਂ ਚੱਕਿਆ ਅਭੇ ਨੇ ਚੱਕਿਆ ਹੋਰ ਕੁਝ ਹੈਗਾ ਮੈਨੂੰ ਦੇ ਦੇ ਹੋਰ ਇਹ ਦੋ ਪਏ ਨੀਲੇ ਬੈਗ ਚੱਕ ਲੈ ਜਿਹੜੇ ਦੋ ਚੱਕਾਂ ਬੈਗ ਆਉਣਗੇ ਰੱਖੀ ਚੱਲੋ ਥਲੇ ਪਾਣੀ ਤਾਂ ਹੈ ਨਹੀਂ ਕਿਸੇ ਵੀ ਹਾਂ ਹਾਂ ਥੁੰਨ ਲਾਂਗੇ ਜੈਨ ਦੀ ਗੱਡੀ ਸ਼ਿਫਟ ਹੈ ਨਹੀਂ ਹੁਣ ਥੁੰਨੇ ਨਹੀਂ ਜਾਣੇ ਨਾ ਅਰੇ ਥੁੰਨੇ ਜਾਣਗੇ ਯਾਰ ਪਹਿਲਾਂ ਦੱਸੋ ਤੁਹਾਡੀ ਵਾਲੀ ਗੱਡੀ ਚ ਤਾਂ ਹੋ ਗਿਆ ਫੁੱਲ ਤਾਂ ਨਹੀਂ ਬੰਬੀ ਵਿੱਕੀ ਪਿਛਲੀ ਸੀਟ ਤੇ ਤਾਂ ਹੋਏਗੀ ਬੰਬੀ ਦਾ ਬੈਗ ਆ ਗਿਆ ਉਹਦੇ ਤੇ ਮੇਰਾ ਹੀ ਬੈਗ ਆ ਗਿਆ ਪਿੱਛੇ ਵਿੱਕੀ ਉਹਦੇ ਕੋਲ ਫੁੱਟ ਕੇ ਉਹ ਤਾਂ ਜਗ੍ਹਾ ਨਹੀਂ ਰੱਖਣਗਾ ਉੱਥੋਂ ਕਰ ਲਾਂਗੇ ਮੇਰੇ ਤੇ ਕਰ ਜਾਣ ਜਗ੍ਹਾ ਮੈਂ ਨਾਲ ਚ ਬੈਠ ਕੇ ਚਲੀ ਜਾਵਾਂਗੀ ਇੰਨਾ ਜਿਹੜਾ ਪਹਿਲਾਂ ਹੀ ਖੋਲ ਕਰ ਰਹੇ ਨੇ ਪਿਛਲੀ ਸੀਟ ਪਹਿਲਾਂ ਪਿਛਲੀ ਹੋਣਾ ਅੱਗੇ ਦੀ ਸੀਟ ਤੇ ਕੋਈ ਪਿਛਲੀ ਸੀਟ ਤੇ ਦੇਖਿਆ ਯਾਰ ਇਹ ਤਾਂ ਪਿੱਛੇ ਆ ਜਾਂਦਾ ਦੋਨੋਂ ਦੋ ਚੱਕਲਾ ਨਹੀਂ ਆਉਣਗੇ ਤੇ ਵਾਪਸ ਲੈ ਆਈ ਇਹਨਾਂ ਵੀ ਕੀ ਆ ਕਿਹੜਾ ਉਹ ਤਾਂ ਆ ਜਾਊਗਾ ਮੂਰੇ ਵੀ ਤਾਂ ਸੀਟ 'ਚ ਥੱਲੇ ਆ ਜਾਣਗੇ ਦੇਸ਼ ਦੇ ਵਿੱਚ ਥੱਲੇ ਉਹਨੂੰ ਕੋਈ ਟ੍ਰੇਨ 'ਚ ਜਾ ਰਹੇ ਓ ਮਾਈ ਗੋਡ तो अभी हम जाके चैरी दीदी के यहाँ से गाड़ी उठा के सीधा यहीं पे ला रहे हैं नीचे लाएंगे खड़ी करेंगे पार्क करेंगे उस पर सामान डाल देंगे फिर वही गाड़ी जाके वहाँ छोड़ देंगे बाइक पे जा रहे हैं बाइक पे लेके आ जाएंगे वाओ तो बार बार आना जाना नहीं करना वेरी स्मार्ट मूव स्मार्ट ना या नाइस अरे मेरे सब्सक्राइबर बोल रहे हैं कि विक्की और कंचन ने बेबी को अभी तक उठाया क्यों नहीं है वो मेरे पास है मैं डालूंगा ना अच्छा ठीक है